ਵਜ਼ੀਫੇ ਤੇ ਬੜਾ ਹਿਊਮਰ ਚੱਲ ਰਿਹਾ ਹੈਗਾ। ਕੀ ਕਹਿਣਾ ਚਾਹੋਗੇ? ਕੈਪਟਨ ਸਾਹਿਬ ਕਦੇ ਕਹਿ ਦਿੰਦੇ ਹਜੇ ਮੇਰੇ ਕੋਲ ਆਇਆ ਨੀਗਾ, ਉਹ ਕਹਿ ਦਿੰਦੇ ਕਿ ਅਸੀਂ ਭੇਜਿਆ ਹੋਇਆ ਹੈਗਾ, ਸਾਰੇ ਨੂੰ ਕੀ ਕਿਸ ਤਰ੍ਹਾਂ ਲੈਂਦੇ ਹੈਗੇ? ਪੰਜਾਬ ਦੀ ਵਜ਼ਾਰਤ ਬਣੀ ਨੂੰ, ਕਾਂਗਰਸ ਸਰਕਾਰ ਬਣੀ ਨੂੰ 2.5 ਸਾਲ ਹੋ ਗਏ। 2.5 ਸਾਲ ਦੇ ਵਿੱਚ 2 ਅਸਤੀਫੇ ਆਏ ਆ ਮੰਤਰੀਆਂ ਦੇ। ਪਹਿਲਾ ਅਸਤੀਫਾ ਆਇਆ ਕੈਬਨਿਟ ਵਜ਼ੀਰ ਰਾਣਾ ਗੁਰਜੀਤ ਸਿੰਘ ਦਾ, ਦੂਜਾ ਅਸਤੀਫਾ ਆਇਆ ਨਵਜੋਤ ਸਿੱਧੂ ਦਾ। ਰਾਣੇ ਗੁਰਜੀਤ ਦਾ ਅਸਤੀਫਾ ਰੇਤ ਚੋਰੀ ਕਰਦਿਆਂ ਫੜੇ ਗਏ ਸੀ, ਉਹ ਮਜਬੂਰੀ ਵੱਸ ਦੇਣਾ ਪਿਆ ਅਸਤੀਫਾ। ਨਵਜੋਤ ਸਿੱਧੂ ਦਾ ਇਸ ਲੂਟ ਮਾਫੀਆ ਚੋਰਾਂ ਦੇ ਵਿਰੁੱਧ ਰੋਸ ਵਜੋਂ ਦਿੱਤਾ ਹੋਇਆ ਅਸਤੀਫਾ। ਪਹਿਲਾਂ ਤਾਂ ਅਸਤੀਫਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕੈਪਟਨ ਨੂੰ ਕਿੱਥੇ ਸਿੱਧੂ ਚੰਗਾ ਲੱਗਦਾ? ਸੱਚਾ ਅਤੇ ਇਮਾਨਦਾਰ ਬੰਦਾ ਕਾਂਗਰਸ ਦੇ ਵਿੱਚ ਟਿਕ ਜੇ ਕਦੇ ਹੋ ਹੀ ਨਹੀਂ ਸਕਦਾ। 2017 'ਚ ਪ੍ਰਗਟ, ਸਿੱਧੂ, ਬੈਂਸ ਭਰਾਵਾਂ ਨੇ ਰਲ ਕੇ ਵਾਦੇ ਪੰਜਾਬ ਬਣਾਇਆ। ਮੈਂ ਸਿੱਧੂ ਸਾਹਿਬ ਨੂੰ ਉਦੋਂ ਕਿਹਾ ਸੀ ਭੁੱਲ ਨਾ ਕਰ ਲਿਓ ਕਾਂਗਰਸ ਵਾਲੀ, ਉੱਥੇ ਇਮਾਨਦਾਰ ਅਤੇ ਸੱਚੇ ਬੰਦੇ ਦੀ ਜਗ੍ਹਾ ਹੈ ਨਹੀਂ। ਅਤੇ ਅੱਜ ਉਹ ਗੱਲ ਅਧੂਰਾ ਅਸਤੀਫਾ ਕਹੂੰਗਾ ਸਿੱਧੂ ਸਾਹਿਬ ਦਾ ਕਾਂਗਰਸ ਨੂੰ ਛੱਡਣ। ਅੱਜ ਪੂਰੀ ਦੁਨੀਆ 'ਚ ਵੱਸਦਾ ਪੰਜਾਬੀ ਇਕੱਲਾ ਪੰਜਾਬ ਦੇ ਲੋਕ ਨਹੀਂ, ਉਹ ਜਦੋਂ ਤੁਲਨਾ ਕਰਦੇ ਆ ਨਾ 10 ਸਾਲ ਬਾਦਲਾਂ ਦੀ ਸਰਕਾਰ ਦੀ ਅਤੇ 2.5 ਸਾਲ ਕੈਪਟਨ ਵਾਲੀ, ਅਤੇ ਕੈਪਟਨ 4 ਰਤੀਆਂ ਉੱਤੇ ਚਲਿਆ ਗਿਆ ਲੁੱਟ ਦੇ ਮਸਲੇ ਦੇ ਉੱਤੇ, ਮਾਫੀਆ ਚਲਾਉਣ ਦੇ ਮਾਮਲੇ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਅੱਜ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਹ ਚੰਦ ਲੀਡਰ ਜਿਹੜੇ ਇਮਾਨਦਾਰੀ ਨਾਲ ਪੰਜਾਬ ਨੂੰ ਪਿਆਰ ਕਰਦੇ ਆ, ਰਿਸ਼ਵਤਖੋਰੀ ਨੂੰ ਖਤਮ ਕਰਨਾ ਚਾਹੁੰਦੇ ਆ, ਲੁੱਟ ਮਾਫੀਆ ਬੰਦ ਕਰਨਾ ਚਾਹੁੰਦੇ, ਉਹ ਇਕੱਠੇ ਹੋ ਜਾਣ। ਸਿੱਧੂ ਸਾਹਿਬ ਨੂੰ ਅਸੀਂ ਤਾਂ ਅਪੀਲ ਕਰਦੇ ਹਾਂ ਵੀ ਵਾਪਸ ਆ ਜਾ, ਜਲੀਲ ਅਤੇ ਬੇਇੱਜ਼ਤ ਆ ਜਿਹੜੀਆਂ ਗੱਲਾਂ ਨੇ, ਬੇਇੱਜ਼ਤੀ ਵਾਲੀਆਂ ਨੇ, ਵੀ ਸਿੱਧੂ ਦਾ ਫਾਰਮੈਟ 'ਚ ਰਿਜ਼ਾਈਨ ਨਹੀਂ ਆਇਆ, ਸਿੱਧੂ ਦਾ ਰਿਜ਼ਾਈਨ ਮੁੱਖ ਮੰਤਰੀ ਨੂੰ ਗਿਆ, ਸਿੱਧੂ ਦਾ ਰਿਜ਼ਾਈਨ ਗਵਰਨਰ ਨੂੰ ਨਹੀਂ ਗਿਆ, ਸਪੀਕਰ ਨੂੰ ਨਹੀਂ ਗਿਆ, ਇਹ ਜ਼ਖਮਾਂ ਦੇ ਉੱਤੇ ਮੱਲਮ ਨਹੀਂ, ਨਮਕ ਛਿੜਕ ਰਹੇ ਆ, ਜਲੀਲ ਕਰਦੇ ਆ ਵੀ ਇਹਨੂੰ ਕੱਢੋ ਫਟਾਫਟ ਇੱਥੋਂ। ਜਲੀਲ ਅਤੇ ਬੇਇੱਜ਼ਤੀ ਉਹ ਲੀਡਰ ਸਹਾਰਦਾ ਜਿਹਦੇ ਵਾਸਤੇ ਕੁਰਸੀ ਧੰਦਾ ਬਣੀ ਹੁੰਦੀ ਹੈ, ਸਿੱਧੂ ਵਾਸਤੇ ਕੁਰਸੀ ਧੰਦਾ ਨਹੀਂ। ਇਸ ਕਰਕੇ ਉਹਨੂੰ ਅਪੀਲ ਆ ਵੀ ਵਾਪਸ ਆ ਜਾ, ਕਾਂਗਰਸ ਛੱਡ, ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਅੱਜ ਇਕੱਠੇ ਹੋਣ ਦੀ ਜ਼ਰੂਰਤ ਹੈ। 2022 'ਚ ਗੁਰੂ ਕਿਰਪਾ ਕਰੇ ਮੁੱਖ ਮੰਤਰੀ ਬਣਾਵਾਂਗੇ ਤੈਨੂੰ। ਥੈਂਕ ਯੂ ਜੀ, ਥੈਂਕ ਯੂ।